सबसक्राइब करो निडर आवाज टीवी नू ते ताजा वीडियोस पाउन लई बैल दा बटन। तरनतारन च वड्डी वारदात आई सामने। प्रेम संबंधां दे शक च चचेरे भरावां नू इनोवा कार हेठ दरड़िया, एक दी मौत, दूजा गंभीर रूप विच जख्मी। प्रेम संबंधां दे शक च 17 साला मोटरसाइकिल सवार नौजवानां नू इनोवा कार वल्लों दरड़न दा समाचार प्राप्त होया है। इस दौरान एक नौजवान दी मौत हो गई, जबकि दूजा नौजवान गंभीर रूप विच जख्मी दस्या जा रहा है। वारदात संबंधी सूचना मिलदिया ही मौके ते पुजी पुलिस ने लाश नू कब्जे विच लै के दोषियों खिलाफ मामला दर्ज करके अगली कार्रवाई शुरू कर दिती है। इस संबंधी पत्रकारां नू जानकारी देंदिया DSP भिखीवंड राजबीर सिंह ने दस्या कि जख्मी गुरपिंदर सिंह ने पुलिस नू दर्ज करवाए बयानां विच कहा है कि भूरा कोना दीआं दो जनानियां मानो उर्फ निंदर कौर अते जिहड़ी पिंड मनावा विखे व्याही है ते उसदी भैण अमरजीत कौर पट्टी रहिंदी है ने उन्हां नू दोवां नू मिलण वास्ते अपने पेके पिंड भूरा कोना दे अड्डे विखे सद्या सी अते अपने शरीके दे लोकां नू वी दस दित्ता जो कि इनोवा गड्डी ते आए सन। जदों ओह नौजवान मोटरसाइकिल ते भज्जण लगे तो उन्होंने पिछे गड्डी लगा के मोटरसाइकिल नू टक्कर मार दित्ती, जिस कारण ओह दोवें गंभीर रूप विच जख्मी हो गए। उधर घटना का पता लगन ते लोकां वल्लों जख्मियां नू जदों इलाज लई लजाया जा रहा सी तां अनमोलप्रीत सिंह 17 साला नौजवान की रस्ते विच ही मौत हो गई। उधर इस संबंधी पुलिस ने दो जनानियां समेत लवप्रीत सिंह लब्भा अमन उर्फ मनी, गुरप्रीत सिंह उर्फ गोपी ते दो अणपछाते व्यक्तियों खिलाफ मामला दर्ज कर अगली कार्रवाई शुरू कर दी है। जिहड़ा कतल होया इहदे बारे की जानकारी है जी? ਹਾਂਜੀ ਹਾਂਜੀ, ਇਹਦੇ ਸੰਬੰਧ ਵਿੱਚ ਇੱਕ ਆਪਣੇ ਹੈਗੇ ਗੁਰਬਿੰਦਰ ਸਿੰਘ ਸਾਨੋ, ਸੁਖਦੇਵ ਸਿੰਘ ਜਿਹੜਾ ਮਦਈ ਆ ਮਹਿਮੂਦਪੁਰੇ ਦੇ, ਤੇ ਉਹਨੇ ਆਪਣੇ ਬਿਆਨ 'ਚ ਦੱਸਿਆ ਵਾ ਕਿ ਇਹ ਜਿਹੜੀਆਂ ਸੀਗੀਆਂ ਦੋ ਲੜਕੀਆਂ ਵਾ, ਆਪਣੇ ਇੱਕ ਦਾ ਲੜਕੀ ਦਾ ਨਾਮ ਮਾਣੋ ਉਰਫ ਨਿੰਦਰ, ਇੱਕ ਉਹਦੀ ਭੈਣ ਆ ਅਮਰਜੀਤ ਕੌਰ, ਅਤੇ ਆਪਣੇ ਪਿੱਛੋਂ ਪਿੰਡ ਭੂਰਾ ਕੋਨਾ ਵਾ, ਹੁਣ ਇੱਕ ਮਨਾਵੇਂ ਵਿਆਹੀ ਸੀ ਅਤੇ ਇੱਕ ਪੱਟੀ ਰਹਿੰਦੀ ਸੀ। ਅੱਛਾ ਜੀ, ਇਹਨਾਂ ਨਾਲ ਇੱਕ ਤਾਂ ਜਿਹੜੇ ਜਿਹੜਾ ਇਹਦੇ ਨਾਲ ਥੋੜ੍ਹੀ ਬਹੁਤੀ ਇਹਦੀ ਗੱਲਬਾਤ ਸੀ। ਕੱਲ੍ਹ ਉਹਨਾਂ ਨੇ ਇਹਨਾਂ ਨੂੰ ਮਤਲਬ ਛਲ ਚ ਲਿਆ ਕੇ ਇੱਥੇ ਜਿਹੜਾ ਭੂਰੇ ਕੋਨੇ ਆ ਫੋਨ ਦੇ ਉੱਤੇ ਬੁਲਾਇਆ ਸੀਗਾ। ਅੱਛਾ ਜੀ, ਉਹ ਜਦੋਂ ਇੱਥੇ ਆਏ ਆ ਉਹਨੇ ਜਦੋਂ ਜਿਹੜੇ ਇਹਨਾਂ ਦੇ ਹੋਰ ਸ਼ਰੀਕੇ ਬਰਾਦਰੀ ਵਾਲੇ ਆ ਉਹ ਨੂੰ ਗੱਡੀ ਦੇ ਉੱਤੇ ਆਏ, ਜਿਹੜੇ ਇਹਨਾਂ ਦੇ ਮੋਟਰਸਾਈਕਲ ਇਹਨਾਂ ਭਜਾਇਆ ਅਤੇ ਉਹਨਾਂ ਮਗਰ ਲਾ ਕੇ ਆਪਣਾ ਮਾਰ ਦੇਣ ਦੀ ਨੀਅਤ ਨਾਲ ਜਿਹੜੀ ਆ ਇਨੋਵਾ ਗੱਡੀ ਜਿਹੜੀ ਆ ਮੋਟਰਸਾਈਕਲ ਦੇ ਵਿੱਚ ਮਾਰੀ, ਜਿਹਦੇ ਨਾਲ ਜਿਹੜਾ ਵਾ ਆਪਣਾ ਅਨਮੋਲਪ੍ਰੀਤ ਸਿੰਘ ਸਾਨੋ, ਸਲਵਿੰਦਰ ਸਿੰਘ ਤੇ ਜਿਹੜਾ ਗੁਰਬਿੰਦਰ ਸਿੰਘ ਆ, ਇਹ ਸਖ਼ਤ ਜਿਹੜੇ ਜ਼ਖਮੀ ਹੋ ਗਏ ਸੀਗੇ। ਅਨਮੋਲ ਜੀ ਦੀ ਜਿਹੜੀ ਆ ਅੰਮ੍ਰਿਤਸਰ ਇਲਾਜ ਦੌਰਾਨ ਜਿਹੜੀ ਆ ਜਾਂਦਿਆਂ ਜਾਂ ਰਸਤੇ 'ਚ ਸੀਗਾ, ਹਸਪਤਾਲ ਨਹੀਂ ਪਹੁੰਚਿਆ, ਜਿਹਦੀ ਮੌਤ ਹੋ ਗਈ ਆ। ਜਿਹਦੇ ਸੰਬੰਧ ਦੇ ਵਿੱਚ ਜਿਹੜਾ ਗੁਰਬਿੰਦਰ ਸਿੰਘ ਦੇ ਬਿਆਨ ਦੇ ਉੱਤੇ ਜਿਹੜਾ ਵਾ ਉਹ ਇਹਨਾਂ ਲਵਪ੍ਰੀਤ ਸਿੰਘ ਲੱਭਾ, ਅਮਨ ਉਰਫ ਮਨੀ, ਗੁਰਪ੍ਰੀਤ ਗੋਪੀ ਅਤੇ ਹੋਰ ਆਪਣਾ ਇੱਕ ਅਣਪਛਾਤਾ ਬੰਦਾ, ਇਹ ਦੋਵੇਂ ਲੇਡੀਜ਼ ਦੇ ਖਿਲਾਫ ਜਿਹੜੀ ਆ ਉਹ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਤੀ ਹੈ। ਲਾਸ਼ ਜਿਹੜੀ ਆ ਪੋਸਟਮਾਰਟਮ ਵਾਸਤੇ ਪੱਟੀ ਭੇਜਤੀ ਆ, ਅਤੇ ਦੌਰਾਨੇ ਤਫਤੀਸ਼ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਗਲੀ ਕਾਰਵਾਈ ਲਿਆ ਕੀਤੀ ਜਾਏਗੀ। ਗ੍ਰਿਫਤਾਰੀ ਹੋਈ ਸਰ? ਮੈਂ ਅਜੇ ਰੇਡ ਕਰ ਰਹੇ ਹਾਂ। ਅਤੇ ਇਹਦੇ ਵਿੱਚ ਔਰਤਾਂ ਵੀ ਸਰ ਪਰਚੇ ਸ਼ਾਮਿਲ ਨੇ ਕੋਈ? ਹਾਂਜੀ, ਦੋਨੋਂ ਔਰਤਾਂ ਜਿਹੜੇ ਤੁਹਾਨੂੰ ਨਾਂ ਦੱਸੇ ਆ ਉਹ ਵੀ ਪਰਚੇ ਸ਼ਾਮਿਲ ਨੇ। ਅਤੇ ਇਹਨਾਂ ਦਾ ਪੋਸਟਮਾਰਟਮ ਕਦੋਂ ਹੋਏਗਾ ਜੀ? ਉਹ ਕੱਲ੍ਹ ਸਵੇਰ ਹੋਏਗਾ ਜੀ। ਅਤੇ ਪਰਚਾ ਦਰਜ ਕਰ ਦਿੱਤਾ ਇਹਨਾਂ ਦੇ ਖਿਲਾਫ? ਹਾਂਜੀ, ਪਰਚਾ ਦਰਜ ਕਰ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।